ਮੈਂ ਜੀ ਗੋਲਡਨ ਗੇਟ ਰੋਡ ਵੈਲੀ ਦੇ ਮੇਰਾ ਨਾਮ ਕਵਲਜੀਤ ਸਿੰਘ ਹੈ ਤੇ ਮੈਂ ਗੋਲਡਨ ਗੇਟ ਰੋਡ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਆਕੂਪੈਂਟਸ ਐਸੋਸੀਏਸ਼ਨ ਨੂੰ ਰਿਪ੍ਰੈਜ਼ੈਂਟ ਕਰਦਾ ਤੇ ਮੈਂ ਇਹਨਾਂ ਦਾ ਸਪੋਕਸਪਰਸਨ ਹਾਂ। ਬਾਕੀ ਜਿੰਨੇ ਆਫਿਸ ਵੀਰ ਹੈ ਉਹਨਾਂ ਦਾ ਸਾਰਾ ਜਿਹੜਾ ਵੇਰਵਾ ਮੈਂ ਤੁਹਾਨੂੰ ਲੈਟਰ ਪਾਇਆ ਤੇ ਜਿਹੜਾ ਪ੍ਰੈਸ ਨੋਟ ਦਿੱਤਾ ਉਹਦੇ ਤੇ ਦੇ। ਇਸ ਵਾਸਤੇ ਹੋ ਰਿਹਾ ਜੀ ਵੀ ਟੂਰਿਜ਼ਮ ਜਿਹੜਾ ਉਹ ਬੜੀ ਜਿਹੜਾ ਇੰਪੋਰਟੈਂਟ ਰੋਲ ਜਿਹੜਾ ਵਾਈਟਲ ਰੋਲ ਨਿਭਾ ਰਿਹਾ ਨਿਊ ਅੰਮ੍ਰਿਤਸਰ ਚ, ਉਹਦੇ ਵਾਸਤੇ 4-5-6 ਪਲੇਸਿਸ ਹੈਗੇ ਆ ਜਿਹੜੇ ਲੋਕ ਦੇਖਣ ਆਉਂਦੇ ਆ। ਉਹਨਾਂ ਚ ਇੱਕ ਗੋਲਡਨ ਗੇਟ ਵੀ ਹੈ, ਹਰਿਮੰਦਰ ਸਾਹਿਬ ਸਾਹਿਬ, ਬਾਕੀ ਤਾਂ ਸਾਨੂੰ ਪਤਾ ਹੀ ਆ। ਅਸੀਂ ਨੀ ਚਾਹੁੰਦੇ ਵੀ ਜਿਹੜੀ ਗੋਲਡਨ ਗੇਟ ਰੋਡ ਦੀ ਛਵੀ ਬਣੀ ਹੈ ਐਜ਼ ਅ ਗਲੋਰੀਅਸ ਰੋਡ, 180 ਫੁੱਟ ਵਾਈਡ ਰੋਡ ਹੈ, ਨਾਲ ਸਰਵਿਸ ਲੇਨਾਂ ਵੀ ਬਣੀਆਂ, ਉੱਥੇ ਕਿਸੇ ਤਰ੍ਹਾਂ ਦਾ ਵੀ ਕੰਕਰੀਟ ਦਾ ਬੋਝ ਪਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਪੁੱਲ ਲਿਆ ਕੇ ਉਹਦੇ ਉੱਤੇ ਅਸੀਂ ਜਿਹੜੀ ਗੱਲ ਸੁਣੀ ਹੈ ਉਹ ਇਹ ਸੁਣਿਆ ਵੀ ਨਿਊ ਅੰਮ੍ਰਿਤਸਰ ਨੂੰ ਸਿਰਫ ਟਪਾਉਣ ਵਾਸਤੇ ਤੇ ਜਿਹੜਾ ਪਹਿਲਾ ਪੁੱਲ ਆ ਰਿਹਾ ਕਨਾਲ ਦਾ ਅੱਗੇ ਨੀ ਲਿਜਾਣਾ ਕਿਤੇ, ਮਤਲਬ ਟ੍ਰੈਫਿਕ ਦੀ ਸਮੱਸਿਆ ਨਾਲ ਉਹਨਾਂ ਨੂੰ ਕੋਈ ਨੀ ਹੈਗਾ, ਇੱਕ ਨਿਊ ਅੰਮ੍ਰਿਤਸਰ ਜਿਹੜਾ ਉਹ ਅੰਦਰ ਐਂਟਰ ਕਰਨ ਵਾਸਤੇ ਸਿਰਫ 60 ਕਰੋੜ ਰੁਪਏ ਦੀ ਲਾਗਤ ਦਾ ਪੁੱਲ ਬਣ ਰਿਹਾ। ਸਟਾਰਟ ਹੋ ਰਿਹਾ, ਕਿੱਥੇ ਖਤਮ ਹੋ ਰਿਹਾ ਪੁੱਲ? ਇਹ ਲਗਭਗ ਦੇਖੋ ਜੀ ਗੋਲਡਨ ਗੇਟ ਤੋਂ ਅੱਗੇ ਜਿੱਥੇ ਅਸੀਂ ਅੱਜ ਮੀਟਿੰਗ ਕਰ ਰਹੇ ਆ ਇਸ ਸਕੂਲ ਤੋਂ ਪਿੱਛੇ ਸ਼ੁਰੂ ਹੋ ਰਿਹਾ ਤੇ ਇਹ ਸਿੱਧਾ ਹੀ ਜਾ ਕੇ ਜਿਹੜਾ ਨਾ ਜਿਹੜੇ ਪੈਰਾਂ 'ਚ ਡਿੱਗਣਾ ਜਿਹੜਾ ਨਹਿਰ ਦਾ ਪੁੱਲ ਅਸੀਂ ਚੜ੍ਹਦੇ ਆ। ਦੇਖੋ ਤੁਸੀਂ ਆਪ ਸ਼ਹਿਰ ਤੇ ਰਹਿਣ ਵਾਲੇ, ਤੁਸੀਂ ਅੰਮ੍ਰਿਤਸਰ ਵੱਲੋਂ ਆਏ ਹੋ, ਤੁਹਾਨੂੰ ਕੋਈ ਪ੍ਰੋਬਲਮ ਆਈ ਹੈ ਬੱਤੀ ਦੇ ਉੱਤੇ? ਕਿਉਂਕਿ ਟ੍ਰੈਫਿਕ ਜਾਮ ਹੁੰਦਾ ਬਾਈਪਾਸ ਦੇ ਉੱਤੇ, ਟ੍ਰੈਫਿਕ ਜਾਮ ਹੁੰਦਾ ਜਦੋਂ ਅਸੀਂ ਚੱਲੇ ਜਾਂਦੇ ਆ ਤੇ 100 ਫੁੱਟੀ ਰੋਡ ਦੇ ਉੱਤੇ ਜਾਂ ਹੋਰ ਰੋਡਾਂ ਦੇ ਉੱਤੇ ਜਦੋਂ ਅਸੀਂ ਪੁੱਲ ਛੋਟਾ ਉਤਰਦੇ ਉਹਦੇ ਥੱਲੇ ਟ੍ਰੈਫਿਕ ਜਾਮ ਹੈ, ਸਟੇਸ਼ਨ ਦੇ ਬਾਹਰ ਟ੍ਰੈਫਿਕ ਜਾਮ ਹੈ। ਨਿਊ ਅੰਮ੍ਰਿਤਸਰ 180 ਫੁੱਟ ਦੀ ਸੜਕ ਤੇ ਕਿਤੇ ਦੂਰ ਟ੍ਰੈਫਿਕ ਜਾਮ ਹੋਣ ਡਿਆ, ਸਾਰੀ ਡਿਵੈਲਪਮੈਂਟ ਖਤਮ ਹੋ ਜਾਣੀ ਹੈ। ਇਸ ਰੋਡ ਜਿਹੜੀ ਗੋਲਡਨ ਗੇਟ ਰੋਡ ਜਾਣੀ ਜਾਂਦੀ ਹੈ, ਇਹ ਲੋਕੀ ਇਹਦੇ ਸੈਲਫੀਆਂ ਖਿਚਾਉਂਦੇ ਆ, ਇਹ ਸਾਰਾ ਕੰਮ ਕਿਉਂ ਬਣਾਇਆ ਜਾ ਰਿਹਾ ਪੁੱਲ, ਕੀ ਕਾਰਨ ਸਮਝਦੇ ਹੋ ਤੇ ਤੁਹਾਨੂੰ ਕੀ ਨੁਕਸਾਨ ਹੈ? ਮੈਂ ਤੇ ਇਹੋ ਹੀ ਬਣਾ, ਮੈਨੂੰ ਦੇਖੋ ਜੀ ਕਾਰਨ ਤੇ ਮੰਤਰੀ ਸਾਹਿਬ ਦੱਸ ਸਕਦੇ ਆ, ਜਿਹੜੇ ਜਿਹੜੇ PWD ਦੇ ਮੰਤਰੀ ਨੇ ਉਹ ਦੱਸ ਸਕਦੇ ਵੀ ਕਿਉਂ ਬਣਾ ਰਹੇ ਆ। ਉਹ ਖੁਦ ਨਹੀਂ ਅੰਮ੍ਰਿਤਸਰ ਰਹਿੰਦੇ, ਮੀਟਿੰਗ ਹੋਈ ਤਾਂ ਅਸੀਂ ਉਹਨਾਂ ਕੋਲ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਸਾਨੂੰ ਕੋਈ ਟਾਈਮ ਨਹੀਂ ਦਿੱਤਾ। ਉਹ ਬਹੁਤ ਜ਼ੋਰ ਸ਼ੋਰ ਨਾਲ, ਮੈਨੂੰ ਪਤਾ ਲੱਗਾ ਆਪਣੇ ਰਿਸੋਰਸਿਸ ਤੋਂ, ਬੜੇ ਜ਼ੋਰ ਸ਼ੋਰ ਦੇ ਨਾਲ ਪਰਸੂ ਕਰ ਰਹੇ, ਪਰਸਨਲ ਫੋਨ ਕਰਕੇ ਕਹਿ ਰਹੇ ਆ ਵੀ ਇਸ ਪੁੱਲ ਨੂੰ ਆਪਾਂ ਸਿਰੇ ਚੜਾਉਣਾ, ਕਿਉਂ ਚੜਾਉਣਾ ਹੈ ਉਹਨਾਂ ਨੂੰ, ਉਹਨਾਂ ਦਾ ਕੀ ਇਹਦੇ ਚ ਮਕਸਦ ਹੈਗਾ ਉਹਨਾਂ ਨੂੰ ਪਤਾ। ਅਸੀਂ ਬਾਈ ਲੈਟਰ ਸਾਰਿਆਂ ਨੂੰ ਇਨਫੋਰਮ ਕੀਤਾ, ਚੀਫ ਸੈਕਟਰੀ ਨੂੰ ਵੀ ਕੀਤਾ, ਕੇਜਰੀਵਾਲ ਸਾਹਿਬ ਨੂੰ ਵੀ ਕੀਤਾ, ਚੀਫ ਮਿਨਿਸਟਰ ਪੰਜਾਬ ਨੂੰ ਵੀ ਕੀਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਅਸੀਂ ਅਨਅਫੀਸ਼ੀਅਲ ਕੀਤਾ ਸੀ। ਉਹ ਕਹਿੰਦੇ ਜੀ ਮੇਰੀ ਨਿੱਜੀ ਚੱਲਦੀ, ਮੈਂ ਉਹਨਾਂ ਨੂੰ ਆਪਣੀ ਓਬਜੈਕਸ਼ਨ ਦਿੱਤੀ ਸੀ ਕਿ ਸਾਡੀ ਨਿਊ ਅੰਮ੍ਰਿਤਸਰ ਦੀ ਜਿਹੜੀ ਇੰਪਰੂਵਮੈਂਟ ਸਕੀਮ ਹੈ ਉਹ ਡੈਡ ਹੋ ਜਾਏਗੀ, ਅਸੀਂ 2-2 ਲੱਖ ਰੁਪਏ ਗਜ ਉੱਤੇ ਜਗ੍ਹਾ ਵੇਚਦੇ ਪਏ ਆ, ਲੋਕੀ ਉੱਥੇ ਇਨਵੈਸਟ ਕਰ ਰਹੇ ਆ, ਲੇਕਿਨ ਕਹਿੰਦੇ ਵੀ ਉਹ ਇਹ ਅਨਅਫੀਸ਼ੀਅਲ ਹੈ, ਦਿਸ ਇਜ਼ ਨਾਟ ਅਫੀਸ਼ੀਅਲ ਵਰਜ਼ਨ, ਕਿਉਂਕਿ ਤੁਸੀਂ ਪ੍ਰੈਸ ਦੇ ਅੱਗੇ ਗੱਲਾਂ ਲਿਜਾਣੀਆਂ, ਇਹ ਜਿੰਨੀਆਂ ਗੱਲਾਂ ਅਨਅਫੀਸ਼ੀਅਲ ਹੋਈਆਂ ਕਿਉਂਕਿ ਜਿੱਥੇ ਜਿੰਨੇ ਲੋਕ ਇੱਥੇ ਬੈਠੇ ਨਾ ਇਹ ਸ਼ਹਿਰ ਦੇ ਬੜੇ ਕਰੀਮ ਲੋਕ ਨੇ, ਇੰਡਸਟਰੀਅਲਿਸਟ ਹੈਗੇ ਨੇ, ਇਹ ਲੋਕਾਂ ਨੇ ਹੀ ਇਨਵੈਸਟਮੈਂਟ ਕਰਨੀ ਹੈ, ਇਹਨਾਂ ਲੋਕਾਂ ਨੇ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ। ਜੇ ਅੱਜ ਰੋਡ ਹੈਗੀ ਆ ਗੋਲਡਨ ਗੇਟ, ਪਰ ਇਹਨੂੰ ਕੈਸ਼ ਕਿਹਨੇ ਕਰਨਾ? ਟੂਰਿਸਟ ਨੂੰ ਲਿਆਉਣਾ ਕਿਹਨੇ? ਇਹਨਾਂ ਨੇ ਇਹਨਾਂ ਇਨਵੈਸਟਮੈਂਟ ਕਰਕੇ ਲਿਆਉਣਾ, ਅਸੀਂ ਤੁਸੀਂ ਨਹੀਂ ਲਿਆਉਣਾ। ਕਿੰਨੇ ਲੋਕ ਪ੍ਰਭਾਵਿਤ ਹੋਣਗੇ ਤੇ ਕਿੰਨੇ? ਬਹੁਤ ਹਜ਼ਾਰਾਂ ਪਰਿਵਾਰ, ਇਹਦੇ ਛੋਟੀਆਂ ਛੋਟੀਆਂ ਕਲੋਨੀਆਂ ਪ੍ਰਭਾਵਿਤ ਹੋਣਗੀਆਂ, ਜਿਹੜੀਆਂ ਨਵੀਆਂ ਇਨਵੈਸਟਮੈਂਟ ਆ ਰਹੀਆਂ ਡੈਡ ਹੋ ਜਾਣਗੀਆਂ, ਔਰ ਜਿਹੜਾ ਲੋਕਾਂ ਵਾਸਤੇ ਇੱਕ ਟੂਰਿਸਟ ਟੂਰਿਜ਼ਮ ਦਾ ਪਲੇਸ ਬਣਿਆ ਗੋਲਡਨ ਗੇਟ,
ਉਹ ਖਤਮ ਹੋ ਜਾਏ। ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਿਊ ਅੰਮ੍ਰਿਤਸਰ ਆਪਣਾ ਇੰਪਰੂਵਮੈਂਟ ਟਰੱਸਟ ਹੈ, ਉਹ ਲੱਖ ਲੱਖ ਰੁਪਏ ਗੱਜ ਜਿਹੜਾ ਉੱਥੇ ਐਸਸੀਓ ਵੇਚਦੇ ਆ, ਤੁਹਾਨੂੰ ਕੀ ਲੱਗਦਾ ਇਹਦੇ ਨਾਲ ਉਹਨੂੰ ਫਰਕ ਪਏ? 100% ਪਏਗਾ ਜੀ, ਲੱਖ ਨੀ 1.5 ਲੱਖ ਰੁਪਏ ਗੱਜ। ਇਹ 30-40-50 ਹਜ਼ਾਰ ਰੁਪਏ ਹੋ ਜਾਏ। ਤੁਸੀਂ ਵੇਖ ਲੈਣਾ ਜਿੱਦਣ ਪੁੱਲ ਦਾ ਰੌਲਾ ਹੋ ਗਿਆ ਲੋਕਾਂ ਦੇ ਵਿੱਚ ਚਲਾ ਗਿਆ, ਇਹ ਸੜਕ ਡੈਡ ਹੋ ਜਾਏਗੀ, ਅੰਮ੍ਰਿਤਸਰ ਟੂਰਿਜ਼ਮ ਦਾ ਬਹੁਤ ਜ਼ਿਆਦਾ ਫਰਕ ਪੈ ਜਾਏ। ਅਸੀਂ ਮੰਗ ਕਰਦੇ ਹਾਂ ਵੀ ਅਨਲੋੜਿੰਦਾ ਪੁੱਲ ਲਗਾਏ, ਇੱਕ ਫਲਾਈਓਵਰ ਸਿਰਫ ਇੱਕ ਕਲੋਨੀ ਨੂੰ ਬੈਨੀਫਿਟ ਦੇਣ ਵਾਸਤੇ, ਉਹਦੇ ਬਹੁਤ ਤਰੀਕੇ ਨੇ ਹੋਰ। ਉਹਦਾ ਦੇਖੋ ਜੀ, ਇਹ ਜਦੋਂ ਤੁਸੀਂ ਸ਼ੁਰੂ ਹੋ ਜਾਂਦੇ ਨਾ ਮਹਿੰਦਰਾ ਦੀ ਏਜੰਸੀ ਤੇ ਜਾਂਦੀ, ਬਾਕੀ ਵੇਖ ਲੈਣਾ ਮੈਂ ਸੱਚ ਕਹਿ ਰਿਹਾ ਝੂਠ? ਹਾਂਜੀ, ਸਾਰੀਆਂ ਗੱਡੀਆਂ ਪਾਰਕ ਹੈਗੀਆਂ ਸੜਕ ਦੇ ਉੱਤੇ, ਰੇਹੜੀਆਂ ਲੱਗੀਆਂ ਹੋਈਆਂ, ਉਸ ਤੋਂ ਅੱਗੇ ਤੁਸੀਂ ਪੈਟਰੋਲ ਪੰਪ ਤੇ ਆ ਜਾਓ, ਉੱਥੇ ਬਾਹਰ ਲੋਕਾਂ ਦੀਆਂ ਕਾਰਾਂ ਲੱਗੀਆਂ। ਚਾਹੀਦਾ ਕੀ ਹੈ? ਜੇ ਵਾਕਈ ਕਰਨਾ ਚਾਹੁੰਦੇ, ਇੱਕ ਸਿਪਾਹੀ ਜਦੋਂ ਅਸੀਂ ਯੂਨੀਵਰਸਲ ਮੋਟਰ ਲੰਘਦੇ ਹਾਂ ਉਹ ਖੜਾ ਹੋਵੇ ਜਿਹੜੀ ਅਗਲੀ ਸੜਕ ਨੂੰ ਸਾਫ਼ ਸੁਥਰੀ ਕਰਨ, ਕਿਉਂਕਿ ਪਰਲੇ ਬੰਨੇ ਸਾਰੀ ਇੰਪਰੂਵਮੈਂਟ ਟਰੱਸਟ ਦੀ ਜਗ੍ਹਾ, 10-20 ਫੁੱਟ ਪਾ ਵੀ ਸਕਦੀ ਹੈ ਵਿੱਚ ਨਾਲ, ਉਹ ਪਾ ਕੇ ਜਿੰਨੀ ਨਿਊ ਅੰਮ੍ਰਿਤਸਰ ਦੀ, ਉਹ ਵੀ ਸਾਡੇ ਭਰਾ ਨੇ, ਉਹ ਵੀ ਸਾਡਾ ਸਾਥ ਦੇ ਰਹੇ ਨੇ, ਸਰਦਾਰ ਅਵਤਾਰ ਸਿੰਘ ਹਨੀ ਉਹਨਾਂ ਦੀ ਐਸਸੀਓ ਦੀ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹ ਵੀ ਸਾਡੇ ਨਾਲ ਆ, ਤੁਸੀਂ ਆਪਣੇ ਲੋੜ ਤੇ ਮੈਂ ਤੁਹਾਨੂੰ ਨੰਬਰ ਦੇ ਦਿਆਂਗਾ, ਤੁਸੀਂ ਇਨਕੁਆਇਰ ਕਰ ਸਕਦੇ ਹੋ। ਉਹ ਵਾਲੀ ਸੜਕ ਨੂੰ ਥੋੜਾ ਜਿਹਾ ਚੌੜਾ ਕਰਕੇ ਪਰਲੀ ਨੂੰ, ਠੀਕ ਹੈ ਨਾ, ਦੀ ਬਰਮ ਚ ਵੱਡੀ ਕਰ ਲੈਣ, ਤੇ ਸਿੱਧਾ ਇੱਕ ਸਿਪਾਹੀ ਹੋਵੇ ਨਿਊ ਉੱਤੇ ਲਿਖਿਆ ਹੋਇਆ ਹੁਣ ਜਗਦਾ ਹੋਵੇ ਕਿ ਨਿਊ ਅੰਮ੍ਰਿਤਸਰ, ਤੁਸੀਂ ਇਸ ਸਾਈਡ ਤੇ ਜਾਓ, ਅੰਦਰ ਚਲੇ ਜਾਣਗੇ। ਤੇ ਜੇ ਸਾਨੂੰ ਪੈਸੇ ਖਰਚਣ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਤੇ ਤੁਹਾਨੂੰ ਪਤਾ ਨਵੇਂ ਚੀਜ਼ਾਂ ਆਈਆਂ ਅੰਡਰਪਾਸ ਬਣ ਜਾਂਦੇ ਆ। ਇਹਦੇ ਤੇ ਜਿਹੜੀ ਤੁਸੀਂ ਗਲਤ ਸਕੀਮ ਦੱਸੀ ਹੈ, ਇਹਦੇ ਤੇ ਕਿੰਨਾ ਖਰਚਾ ਆ ਰਿਹਾ ਤੇ ਪੁਲ ਤੇ ਕਿੰਨਾ ਖਰਚਾ? ਜਿਹੜਾ ਮੈਂ ਪਹਿਲਾਂ ਦੱਸਿਆ ਤੇ ਟਕਾ ਖਰਚ ਨਹੀਂ ਆਣਾ, ਸੜਕ ਸਰਕਾਰਾਂ ਬਣਾਉਂਦੀ ਹੁੰਦੀ ਹੈ ਨਿਊ ਨਿਊ ਅੰਮ੍ਰਿਤਸਰ ਦੀ ਸੜਕ ਨੂੰ ਠੀਕ ਕਰਨ, ਜਿਹੜੀ ਸਰਵਿਸ ਲੇਨ ਜਾਂਦੀ ਇਹਨਾਂ ਦੀ 30 ਫੁੱਟ ਦੀ ਸੜਕ ਆ, ਤੇ ਜਿਹੜੀਆਂ ਉੱਥੇ ਇਨਕਰੋਚਮੈਂਟਾਂ ਹੋਈਆਂ ਨੂੰ ਚੁੱਕਣ, ਕਾਰਾਂ ਰੇੜੀਆਂ ਕਿਸੇ ਨੂੰ ਉੱਥੇ ਖੜੀ ਨਾ ਕਰਨ ਦੇਣ। ਕਿੰਨੀ ਕੁ ਗੱਡੀ ਆਉਂਦੀ ਹੈ ਸਾਰੇ ਨਿਊ ਅੰਮ੍ਰਿਤਸਰ ਦੇ ਵਿੱਚ, ਸ਼ਿਫਟ ਹੋ ਰਹੀ ਆ ਉਹ ਆਪਣਾ ਏਜੰਸੀ। ਮੈਂ ਕਿਹਾ ਜੀ ਉਸ ਏਜੰਸੀ ਨਾਲ ਹੀ ਸਾਨੂੰ ਕੋਈ ਤਕਲੀਫ, ਉਹ ਜਿਹੜੀਆਂ ਬਾਹਰ ਕਾਰਾਂ ਉਸ ਤੋਂ ਲੈ ਕੇ ਤੇ ਨਿਊ ਅੰਮ੍ਰਿਤਸਰ ਤੱਕ ਖਲੋਤੀਆਂ ਰਹਿੰਦੀਆਂ, ਜਾਂ ਉਹ ਦੁਕਾਨਦਾਰਾਂ ਦੀਆਂ ਹੋਣ ਭਾਵੇਂ ਕਿਸੇ ਦੀਆਂ ਵੀ ਹੋਣ, ਜਿਹੜਾ ਡਿਵੈਲਪਮੈਂਟ ਦੇ ਵਿੱਚ ਵੱਜਦਾ ਬੰਦਾ, ਉਹ ਚੀਜ਼ਾਂ ਇਨਕਰੋਚਮੈਂਟ ਨਹੀਂ ਹੋਣੀ ਚਾਹੀਦੀ, ਰੇੜੀਆਂ ਲੱਗਦੀਆਂ ਉੱਥੇ, ਫਰੂਟ ਦੀਆਂ ਰੇੜੀਆਂ ਲੱਗਦੀਆਂ, ਹੋਰ ਬੜਾ ਕੋਈ ਲੱਗਦਾ, ਜਿਹੜਾ ਕੁਛ ਨਹੀਂ ਹੁੰਦਾ ਆਪਣੀ ਪਾਸੀ ਲਾ ਜਾਂਦਾ ਉੱਥੇ। ਅਸੀਂ ਆਪਾਂ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਬੁਲਾਵਾਂਗੇ, ਫਿਰ ਉਹਦੇ ਵਿੱਚ ਸਾਰੀ ਸਟ੍ਰੈਟਜੀ ਬਣਾਵਾਂਗੇ। ਹੁਣ ਪਿਛਲੀ ਤੁਸੀਂ ਕੀ ਲੈਟਰ ਭੇਜੀ ਸੀ ਤੇ ਉਹਦਾ ਕੀ? ਅਸੀਂ ਭੇਜ ਜਿਹੜਾ ਤੁਹਾਨੂੰ ਪ੍ਰੈਸ ਨੋਟ ਦਿੱਤਾ, ਅਸੀਂ ਹੂਬ ਹੂ ਜਿਹੜਾ ਚੀਫ ਮਿਨਿਸਟਰ ਸਾਹਿਬ ਨੂੰ ਇਹਦੀ ਰਿਪ੍ਰੈਜ਼ੈਂਟੇਸ਼ਨ ਦਿੱਤੀ ਹੈ ਵੀ ਇਹ ਪੈਸੇ ਜਿਹੜੇ ਆ ਲੋਕਾਂ ਦੇ ਖਰਾਬ ਨਾ ਕੀਤੇ ਜਾਣ, ਇਹਦੇ ਵਿੱਚ ਲੋਕਾਂ ਨੂੰ ਸੁਵਿਧਾ ਨਹੀਂ ਅਸੁਵਿਧਾ ਪੈਦਾ ਹੋਏਗੀ। ਤੁਹਾਡੀ ਕੋਈ ਬਫਰ ਮਿਲੇਗਾ ਜਾ ਕੇ ਚੀਫ ਮਿਨਿਸਟਰ ਸਾਹਿਬ? ਦੇਖੋ ਜੀ, ਸਾਨੂੰ ਕੋਸ਼ਿਸ਼ ਤਾਂ ਇਹ ਕੀਤੀ, ਸਾਨੂੰ ਟਾਈਮ ਨਹੀਂ ਮਿਲਦਾ, ਕੋਈ ਸਾਡਾ ਕੋਈ ਇਹੋ ਜਿਹਾ ਨੁਮਾਇੰਦਾ ਹੀ ਨਹੀਂ ਹੈਗਾ ਜਿਹੜਾ ਸਾਨੂੰ ਟਾਈਮ ਲੱਗਦੇ ਆ, ਕਿਉਂਕਿ ਇਹਦੇ ਵਿੱਚ ਜਦੋਂ ਮੰਤਰੀ ਇਨਵੋਲਵ ਹੁੰਦਾ, ਇੱਕ ਦੂਸਰੇ ਐਮਐਲਏ ਨੂੰ ਵੀ ਕਹਿੰਦਾ ਦਫਾ ਕਰੋ ਇਹਨਾਂ ਨੂੰ, ਤੇ ਜਿਹੜੀ ਪਬਲਿਕ ਆ ਉਹ ਦਫਾ ਕਰਨ ਦੇ ਵਿੱਚ ਇਗਨੋਰ ਹੋ ਜਾਂਦੀ ਹੈ ਤੇ ਸਹੀ ਮੁੱਦਿਆਂ ਦੇ ਉੱਤੋਂ ਸਰਕਾਰ ਜਿਹੜੀ ਉਹ ਭਟਕ ਜਾਂਦੀ ਹੈ। ਮੇਰੀ ਸਾਡੀ ਨਿਊ ਅੰਮ੍ਰਿਤਸਰ ਐਸਸੀ ਓਨਰ ਐਸੋਸੀਏਸ਼ਨ ਹੈ ਜੀ, ਉਹਦੇ ਵੱਲੋਂ ਮੈਂ ਇੱਥੇ ਅੱਜ ਹਾਜ਼ਰ ਹੋਇਆ। ਇਹ ਜਿਹੜਾ ਪੁੱਲ ਦਾ ਪਲਾਨ ਜਿਹੜਾ ਸਾਡੀ ਨਿਗਾਹਸਾਨੀ ਦੇ ਵਿੱਚ ਆਇਆ ਹੋਇਆ, ਇਹ ਬਾਰੇ ਇਹ ਹੈ ਕਿ ਕੋਈ ਵੀ ਜਿਹੜਾ ਹੈ ਉਹਨੂੰ ਐਂਟਰੈਂਸ ਜਿਹੜੀ ਹੈਗੀ ਹੈ ਉਹਦੀਆਂ ਜਿਹੜੀਆਂ ਦਿੱਤੀਆਂ ਗਈਆਂ ਬੜੀ ਛੋਟੀ ਜਿਹੀ ਕਲੋਨੀ ਹੈ ਔਰ ਉਹਦੇ ਅੰਦਰ ਜਿਹੜਾ ਵਸਨੀਕ ਹੈ ਉਹਨੇ ਜਾਣਾ, ਜਿਹੜੀਆਂ ਸਰਵਿਸ ਲੇਨਸ ਜਿਹਦੇ ਵਿੱਚ ਵਹੀਕਲ ਦੀ ਪਾਰਕਿੰਗ ਕਰਕੇ ਜਾਂ ਰੇਹੜੀਆਂ ਲਾ ਕੇ ਇਨਕਰੋਚਮੈਂਟ ਕੀਤੀ ਹੈ, ਉਹਨਾਂ ਇਨਕਰੋਚਮੈਂਟਾਂ ਨੂੰ ਇੰਪਰੂਵਮੈਂਟ ਟਰੱਸਟ ਖਤਮ ਕਰੇ। ਟ੍ਰੈਫਿਕ ਦੀ ਮੈਨੇਜਮੈਂਟ ਵਾਸਤੇ ਉੱਥੇ ਟ੍ਰੈਫਿਕ ਪੁਲਿਸ ਵਾਲਾ ਲੱਗੇ, ਲਾਈਟਾਂ ਦੀ ਪਾਲਣਾ ਕੀਤੀ ਜਾਏ ਲਾਲ ਬੱਤੀ ਦੀ, ਤੇ ਕੋਈ ਇੱਥੇ ਟ੍ਰੈਫਿਕ ਦੀ ਸਮੱਸਿਆ ਨਹੀਂ ਹੈ। 65 ਕਰੋੜ ਰੁਪਏ ਜਿਹੜਾ ਲਗਾਇਆ, ਇਹ ਤੇ
ਇਹ ਤਾਂ ਯੂਜ਼ਲੈਸ ਹੈਗੇ ਆ ਜੀ, ਕੋਈ ਜਿਹੜਾ ਦੇਖੋ ਮੈਂ ਤਾਂ ਇਵੈਂਟ ਕਹਿੰਦਾ ਕਿ ਜਿਹੜੀ ਐਲੀਵੇਟਡ ਰੋਡ ਹੈਗੀ ਹੈ ਇਹਦਾ ਵੀ ਕੋਈ ਪਰਪਜ਼ ਨਹੀਂ ਸੀਗਾ, ਉਹਦੀ ਬਜਾਏ ਜੇ ਥੱਲਿਓ ਸੜਕਾਂ ਚੌੜੀਆਂ ਕਰ ਦਿੱਤੀਆਂ ਸੀ ਜ਼ਿਆਦਾ ਵਧੀਆ ਟ੍ਰੈਫਿਕ ਮੈਨੇਜ ਹੋ ਸਕਦਾ ਸੀ, ਬੱਸ ਅੱਡਾ ਬਾਹਰ ਲਿਆ ਜਾਂਦਾ ਜਾਂਦਾ ਜ਼ਿਆਦਾ ਵਧੀਆ ਟ੍ਰੈਫਿਕ ਮੈਨੇਜ ਹੋ ਸਕਦਾ ਸੀ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਪੈਸਾ ਫਜ਼ੂਲ ਖਰਚ ਕੀਤਾ ਜਾ ਰਿਹਾ। ਵਾਲੇ ਤੇ ਮਾਡਲ ਜਿਹੜਾ ਆਪ ਦਾ ਹੈ ਉਹ ਕਹਿੰਦੇ ਸੀ ਅਸੀਂ ਪੈਸੇ ਬਚਾਉਨੇ ਆ ਪਰ ਆਪਾਂ ਖਰਾਬ ਨਹੀਂ ਕਰਦੇ, ਤੁਹਾਨੂੰ ਕੀ ਲੱਗਦਾ ਇਹਦੇ ਮਾਡਲ ਦੇ ਵਿੱਚ ਕੀ ਹੋ ਰਿਹਾ? ਦੇਖੋ ਇਦਾਂ ਹੁੰਦਾ ਹੈ ਕਿ ਜਦੋਂ ਵੀ ਕੋਈ ਪਲਾਨ ਬਣਾਏ ਜਾਂਦੇ ਨੇ ਨਾ ਉਹਦੇ ਵਿੱਚ ਕੋਈ ਜਨਤਾ ਦੇ ਕੋਲੋਂ ਤੇ ਕੋਈ ਰਾਏ ਲਿੱਤੀ ਨਹੀਂ ਜਾਂਦੀ, ਇਹ ਤਾਂ ਇੰਜੀਨੀਅਰਸ ਤੇ ਬਿਊਰੋਕਰੈਟਸ ਮਿਲ ਕੇ ਪਲਾਨ ਬਣਾਉਂਦੇ ਨੇ, ਉਹਨਾਂ ਨੇ ਪਲਾਨ ਮਿਨਿਸਟਰ ਨੂੰ ਦੱਸ ਦੇਣੇ ਉਹ ਅੱਗੋਂ ਅਪਰੂਵਲ ਉਹਨਾਂ ਨੇ ਦੇਣੀ, ਠੀਕ ਹੈ। ਇਹਦੇ ਵਿੱਚ ਜਨਤਾ ਦੀ ਰਾਏ ਨਹੀਂ ਸ਼ਾਮਿਲ ਕੀਤੀ ਜਾਂਦੀ। ਅੰਮ੍ਰਿਤਸਰ ਐਸਸੀ ਓਨਰ ਐਸੋਸੀਏਸ਼ਨ ਦੇ ਮੈਂਬਰ ਹੈ। ਹਾਂਜੀ ਹਾਂਜੀ ਹਾਂਜੀ। ਦੇਖੋ ਜੀ ਰਣਜੀਤ ਐਵਨਿਊ ਡੀਸੀ ਆਫਿਸ ਦੇ ਸਾਹਮਣੇ ਉਹਦੀ ਜਦੋਂ ਦਾ ਪੁੱਲ ਬਣਿਆ ਉਸ ਵਾਲੇ ਪਾਸੇ ਤੁਸੀਂ ਦੇਖ ਲਓ ਜਿਹੜੀ ਕਲੋਨੀ ਹੈ ਤੇ ਦੂਜੀਆਂ ਕਲੋਨੀਆਂ ਜਿਹੜੀਆਂ ਡੀ ਬਲੋਕ ਦੇ ਦੂਜੀ ਤਰਫ ਹੈ ਉੱਧਰ ਤੁਸੀਂ ਦੇਖ ਲਓ ਕਿ ਉੱਥੇ ਪ੍ਰੋਪਰਟੀਜ਼ ਦਾ ਜਿਹੜਾ ਰੇਟ ਹੈ ਉਹਨਾਂ ਨਾਲੋਂ ਅੱਧਾ ਰਹਿ ਗਿਆ। ਕਦੀ ਵੀ ਜਦੋਂ ਤੁਹਾਡੇ ਅੱਗੋਂ ਦੀ ਇੱਕ ਫਲਾਈ ਓਵਰ ਲੰਘ ਜਾਏਗਾ ਤੁਹਾਡੀ ਕਮਰਸ਼ੀਅਲ ਪ੍ਰੋਪਰਟੀ ਜਿਹੜੀ ਆ ਵੇਸਟ ਹੋ ਜਾਂਦੀ। ਪਰ ਇੱਥੋਂ ਦੀ ਸੜਕਾਂ ਤੇ ਉਸ ਨਾਲ ਬਹੁਤ ਚੌੜੀਆਂ ਨੇ ਰਜੀਤ ਐਵਨਿਊ ਨਹੀਂ, ਪਰ ਉਹ ਜਦੋਂ ਸੜਕ ਦੇ ਵਿਚਕਾਰੋਂ ਦੀ ਪੁੱਲ ਕੱਢਿਆ ਗਿਆ ਤਾਂ ਸੜਕ ਦੀ ਵਿੜਥ ਹੀ ਘਟੀ ਨਾ ਜੀ। ਕਹਿ ਰਿਹਾ ਵੀ ਇੱਥੇ ਪੁੱਲ ਦੀ ਲੋੜ ਨਹੀਂ ਹੈ ਤੁਹਾਡੀ। ਹਾਂਜੀ 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 ਸੜਕਾਂ ਰਜੀਤ ਐਵਨਿਊ ਨੂੰ ਬਹੁਤ ਹਾਂਜੀ ਹਾਂਜੀ ਬਹੁਤ ਵਧੀਆ ਪਲਾਨਡ ਕਲੋਨੀ ਹੈ ਔਰ ਇਹਦੇ ਬਾਹਰੋਂ ਦੀ ਕੋਈ ਬਾਈਪਾਸ ਫਲਾਈ ਓਵਰ ਕੱਢਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਸਮਝਦੇ ਕਿ ਇਹਦੀ ਥਾਂ ਤੇ ਕੋਈ ਹੋਰ ਫਲਾਈਓਵਰ ਕਿੱਥੇ ਬਣਨਾ ਚਾਹੀਦਾ, ਇਹੀ ਪੈਸਾ ਹੋਰ ਥਾਂ ਤੇ ਖਰਚ ਹੋਵੇ ਤੇ ਉਹ ਜ਼ਿਆਦਾ ਨਹੀਂ, ਇਹੋ ਪੈਸਾ ਕਲੋਨੀ ਦੀ ਡਿਵੈਲਪਮੈਂਟ ਵਾਸਤੇ ਖਰਚ ਹੋਣਾ ਚਾਹੀਦਾ ਹੈ। ਅੰਦਰ ਕਲੋਨੀ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਨੇ, ਉਹ ਕੰਮ ਕੀਤੇ ਜਾਣੇ ਚਾਹੀਦੇ ਨੇ। ਅੰਮ੍ਰਿਤਸਰ ਦੀ ਨਿਊ ਅੰਮ੍ਰਿਤਸਰ ਦੀਆਂ ਤੇ ਜਿਹੜੀਆਂ ਕਲੋਨੀ ਦੀਆਂ ਸੜਕਾਂ ਹੀ ਉਹ ਪਿਛਲੇ 6 ਸਾਲ ਤੋਂ ਨਹੀਂ ਬਣੀਆਂ। ਮਾਰਕੀਟ ਦੇ ਵਿੱਚ ਜਿਹੜੀ ਇੰਟਰਲੋਕਿੰਗ ਟਾਈਲਸ ਲੱਗਣ ਵਾਲੀਆਂ ਨੇ, ਮਾਰਕੀਟ ਦੀ ਬਿਊਟੀਫਿਕੇਸ਼ਨ ਹੋਣ ਵਾਲੀ ਹੈ, ਪਾਰਕਿੰਗ ਬੇਸ ਬਣਨ ਵਾਲੀਆਂ ਨੇ, ਸੀਵਰੇਜ ਚੈਂਬਰ, ਸੀਵਰੇਜ ਵਗੈਰਾ ਦਾ ਬਹੁਤ ਸਾਰਾ ਕੰਮ ਨਿਊ ਅੰਮ੍ਰਿਤਸਰ ਦੇ ਕਮਿਊਨਿਟੀ ਹਾਲ ਬਣਨ ਵਾਲਾ ਹੈ, ਸਾਰੇ ਕੰਮ ਰੁਕੇ ਪਏ ਨੇ। ਥੈਂਕ ਯੂ ਜੀ।